ਇਹ ਬਈ ਆਪਾਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਤੇ ਇੱਥੇ ਕੈਂਪ ਕਰਾਂਗੇ। ਪਹਿਲੀ ਵਾਰੀ ਕੈਂਪ ਕਰਨ ਲੱਗੇ, ਇਸ ਤੋਂ ਪਹਿਲਾਂ ਇੱਥੇ ਕਿਸੇ ਨੇ ਕੈਂਪ ਕੀਤਾ ਨਹੀਂਗਾ, ਅਸੀਂ ਆਪ ਦੀ ਕ੍ਰੀਏਟ ਕਰਾਂਗੇ। ਤੇ ਦੇਖ ਲਓ ਆਸੇ ਪਾਸੇ ਕੁਝ ਵੀ ਨਹੀਂ। ਜੇ ਆਪਾਂ ਨੂੰ ਇੱਥੇ, ਜੇ ਤੁਹਾਨੂੰ ਪਤਾ ਜੇ ਇੱਥੇ ਆਪਾਂ ਨੂੰ ਰੈਸਕਿਊ ਦੀ ਲੋੜ ਪੈ ਜੇ ਤਾਂ ਘੱਟੋ ਘੱਟ 2 ਘੰਟੇ ਲੱਗਦੇ ਇੱਥੇ ਆਉਣ ਲੱਗੇ ਕਿਸੇ। ਹਾਂ ਵਧੀਆ ਕੀਤਾ ਟਾਈਮ ਨਾਲ ਦੱਸਤਾ ਜੇ ਨਹੀਂ ਪਰਤ ਤੋਂ ਉਹਦੇ ਤਾਂ ਬਹੁਤ ਟਾਈਮ ਲੱਗੂਗਾ, ਜਿਹੜਾ ਆਪਾਂ ਨੂੰ ਉੱਥੇ ਉਹ ਮੰਗਾਉਣਾ ਪੈਣਾ ਕੋਈ ਜਹਾਜ਼ ਵਗੈਰਾ ਭੇਜਣਗੇ, ਉਹਨੂੰ 2 ਘੰਟੇ ਲੱਗਦੇ ਆ ਭਾਈ ਕਹਿੰਦੇ ਇੱਥੇ 2 ਘੰਟੇ ਲੱਗਣਗੇ। ਰੈਸਕਿਊ ਜੇ ਆਪਾਂ ਨੂੰ ਕਰਨਾ ਪਏਗਾ ਤਾਂ ਕਿੰਨਾ ਟਾਈਮ ਲੱਗਦਾ? 100 ਮਿਲ ਜਾਏਗਾ, 100 मिल जाएगा। हाँ तो 2 घंटे बैठ के ला लेंगे हमारे ले डीजे तू बड़ा मोटा बना फिर कुछ कितना का एक्सपीरियंस है भाई? तुम दसिया नहीं यार। मेरा तो बहुत वधिया रहा यार, मैं तो नज़ारा लिया पूरा ड्राइव का। हाँ गुड फन। नेड़े तेड़े रोड दिख नहीं रही किधरे भी। हाँ ये काफ़ी दूर आए असीं। ਅੱਜ ਫਿਰ ਤੁਹਾਡਾ ਕੁਕਿੰਗ ਦਾ ਕੀ ਪਲਾਨ ਆ ਬਈ? ਫਿਰ ਸਾਡਾ ਸਾਡੇ ਕੋਲ ਐਕਚੁਅਲੀ ਚਿਕਨ ਤਰਾਕੀ ਤੇ ਚਿਕਨ ਮਸਾਲਾ ਤੇ ਗੋਟ। ਅੱਛਾ ਤੇ ਇੱਕ ਦੋ ਚੀਜ਼ਾਂ ਹੋਰ ਨੇ ਉਹਨਾਂ ਦਾ ਮੈਨੂੰ ਪਤਾ ਨਹੀਂ, ਕੱਢਣੀਆਂ ਪੈਣਗੀਆਂ। ਕਬਾਬਸ ਵਗੈਰਾ। ਵਾਓ ਸਟੇਕ ਕੰਮ ਘੈਂਟ। ਅਸੀਂ ਤੇ ਹਫਤੇ ਦਾ ਜਗਾੜ ਲੈ ਕੇ ਆਏ ਹਾਂ। ਹਾਂ ਕਿਉਂ 3-4 ਦਿਨ ਤਾਂ ਆਪਾਂ ਨੂੰ ਲੱਗ ਹੀ ਜਾਣਗੇ। ਲੱਗ ਜਾਣ ਈਜ਼ੀ। ਹੁਣ ਭੁੱਖ ਹੋਰ ਲੱਗਣ ਦੀ ਆ ਖਾਣੀ। ਚਲੋ ਪਹਿਲਾਂ ਆਪਾਂ ਟੈਂਟ ਲਾਈਏ ਕਿ ਪਹਿਲਾਂ ਆਪਾਂ ਕੁਕਿੰਗ ਵਾਲਾ ਕੰਮ ਕਰੀਏ? ਮੈਂ ਨਾ ਪਹਿਲਾਂ ਟੈਂਟ ਲਾ ਲਈਏ ਵਾਈਲ ਸਪਰਾਈਟ ਤੇ ਫਿਰ ਆਪਾਂ ਕਰ ਲਾਂਗੇ। ਕੱਲਾ ਹੀ ਤੁਹਾਡੇ ਕੋਲ ਸਿਰ ਹੈਗਾ? ਹਾਂ ਹਾਂ ਤੁਸੀਂ ਸਿਰ ਨਾਲ ਚੱਲਦੇ ਹੋ ਤਾਂ ਤੇ ਹੋਰ ਸਿਰ ਨੇ ਰਹਿਣੇ ਦਾ ਸਵੈਗ ਤੇ ਕਰਾਂਗੇ ਤੁਹਾਡਾ ਸਵਾਗਤ। ਚਲੋ ਲਾਓ ਫਿਰ ਬਾਕੀ ਵੀਡੀਓ ਟੈਂਟ ਤੋਂ ਬਾਅਦ ਬਣਾਉਂਦੇ ਆ। ਪਰ ਟੈਂਟ ਦੀ ਵੀ ਵੀਡੀਓ ਬਣਾ ਲਈ ਨਾ, ਟੈਂਟ ਲਾਉਂਦੇ ਦੀ ਕਰ ਲਵਾਂਗੇ ਨਾ। ਇੱਥੇ ਜਿਵੇਂ ਇੱਥੇ ਜੇ ਕਰ ਲਾਂਗੇ ਨਾ ਆਪਾਂ ਇਦਾਂ ਕਰਦੇ ਭਾਜੀ। ਤੁਸੀਂ ਇੱਕ ਗੱਡੀ ਇੱਧਰ ਲਾ ਦਿਓ, ਇੱਕ ਉਧਰ ਲਾ ਦਿਓ ਬਣਾ। ਰਾਤ ਨੂੰ ਹਨੇਰੀ ਬਹੁਤ ਤਕੜੀ ਹੋਣੀ ਅੱਜ। ਅੱਜ ਨਹੀਂ ਕੱਲ ਹੈ ਉਹ ਨਾ। ਅੱਜ ਰਾਤ ਨੂੰ, ਅੱਜ ਸੰਡੇ ਨਾਈਟ ਦੀ ਹੈ। ਅੱਜ ਸੰਡੇ ਨਹੀਂ, ਸੈਟਰਡੇ ਹੈ ਅੱਜ ਬਾਈ। ਰਾਤ ਨੂੰ ਤਾਂ ਸੰਡੇ ਨਾਈਟ ਹੋ ਗਈ ਨਾ। ਅੱਛਾ ਸੰਡੇ ਨਾਈਟ ਨੂੰ ਹੈਗਾ? ਹਾਂ 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 ਬਹੁਤ ਤਗੜੀ ਹਨੇਰੀ ਆ ਅੱਜ ਰਾਤ ਨੂੰ। ਫਿਰ ਵਿੱਚ ਹੀ ਪੈ ਜੀ ਗੱਡੀ। ਹੋ ਸਕਦਾ ਵੀ ਆਪਣੀਆਂ ਕਾਰਾਂ-ਕੂਰਾਂ ਵੀ ਆਪਣੇ ਉੱਪਰ ਆ ਜਾਣ। ਮਸਟ ਬੀ ਕੇਅਰਫੁਲ। ਸੋ ਆਪਾਂ ਨੂੰ ਐਸੇ ਲਈ ਮੈਂ ਪਲਾਨ ਕੀਤਾ ਕਿਉਂਕਿ ਦੇਖ ਆ ਤਾਂ ਬੜਾ ਈਜ਼ੀ ਰਾਹ ਆ ਸੀਗਾ ਹਨਾ। ਕੋਈ ਆਪਾਂ ਨੂੰ ਕੋਈ ਐਡਵੈਂਚਰ ਜਾਂ ਮਤਲਬ ਠੀਕ ਲੱਗਿਆ ਹਨਾ। ਅਸੀਂ ਐਡਵੈਂਚਰ ਰਾਤ ਹੈ ਕੱਲ ਨੂੰ। ਹਾਂ ਰਾਤ ਨੂੰ ਵੀ ਇਹ ਕੱਲ ਨੂੰ ਕੀ ਹੋਊਗਾ, ਮੀਂਹ ਪੈ ਕੇ ਗਿੱਲਾ ਹੋ ਜਾਣਾ। ਹਾਂ ਰਾਈਟ। ਤੇ ਤੁਸੀਂ ਬਾਈ ਪਹਿਲਾਂ ਆਏ ਹੋ ਇੱਥੇ? ਮੈਂ ਪਹਿਲਾਂ ਆਇਆ ਸੀ ਨਾ, ਪੂਰੀ ਹਰਿਆਲੀ ਸੀਗੀ, ਇੱਕ ਵੀ ਸੁੱਕਿਆ ਹੋਇਆ ਨਹੀਂ ਸੀ। ਮੈਂ ਹੈਰਾਨ ਹੋ ਗਿਆ ਦੇਖ ਕੇ ਵੀ ਇੱਕ ਵੀ ਯਾਰ ਪੱਤਾ ਹੈ ਨਹੀਂਗਾ ਇੱਥੇ ਹਰਾ। ਇਦੋਂ ਪਹਿਲਾਂ ਜੰਗਲ ਸੀਗਾ ਪੂਰਾ ਹਰਾ, ਇੱਥੇ ਤੋਂ ਬੰਦਾ ਨਹੀਂ ਦੇਖਦਾ ਸੀ ਤੁਰਦਾ। ਹੁਣ ਤਾਂ ਖਾਲੀ ਪਿਆ ਸਾਰਾ ਕੁਝ। ਸਹੀ ਗੱਲ ਹੈ, ਮੀਂਹ ਮੂੰਹ ਪਿਆ ਹੀ ਨਹੀਂ। ਜਿਵੇਂ ਤੁਸੀਂ ਦੇਖ ਸਕਦੇ ਹੋ ਮਿੱਟੀ ਵੀ ਲਾਲ ਹੋ ਚੁੱਕੀ ਹੈ ਵਿਚਾਰੀ ਸੁੱਕ ਕੇ। ਤੇ ਆਪਾਂ ਕਿੱਥੇ ਲਾਉਣਾ, ਕਿੱਥੇ ਆ ਟੈਂਟ, ਕਿੱਥੇ ਲਾਉਣਾ ਸੀਗਾ? ਮੈਂ ਕਹਿ ਰਿਹਾ ਤਾਂ ਗੱਡੀਆਂ ਕਿੰਨੇ ਵਾਲੀ ਗੱਲ ਹੀ ਵਿੱਚ ਨਿਕਲਦੀ ਰਹੇਗਾ ਵਾਲਾ। ਤੁਹਾਡੇ ਕੋਲ ਸਵੈਗ ਹੈ, ਸਾਡੇ ਕੋਲ ਨਹੀਂ ਨਾ। ਤੁਹਾਡੇ ਕੋਲ ਪੈੜਾ ਟੈਂਟ। ਹਾਂ ਜੇ ਆਪਾਂ ਵਿੱਚ ਮੜਾ ਜਾ ਕਵਰ ਹੋ ਜਾਏਗਾ, ਹਵਾ ਬਹੁਤ ਘੱਟ ਆਏਗੀ। ਹਾਂ ਵੀ ਆਪਾਂ ਮਤਲਬ ਗੱਡੀ ਮੈਂ ਕਹਿੰਦਾ ਉੱਥੇ ਲਾਵਾਂ। ਮੈਂ ਉਧਰ ਮਤਲਬ ਅਸੀਂ ਇੰਜ ਲਾ ਦਿਆਂਗੇ ਤੇ ਵਿੱਚ ਟੈਂਟ ਲਾ ਜਾਏਗਾ। ਇੱਕ ਗੱਡੀ ਇਦਾਂ ਲਾ ਲਓ। ਹਾਂ ਹਾਂ ਅੱਛਾ ਇੰਦਾ ਇਦਾਂ ਇਦਾਂ ਇੱਥੇ ਕਿਹੜੇ ਕਰਨਾ। थल्ले बंदे दा टेंट मतलब कल्ला बंदा इनू सेटअप कर सकदा। इनू टेंट कह लो स्वैग कह लो ईजी कैरी करना सौखा है। ठीक है जदों तुसीं कल्ले या दो जने हो तो आप ईजी रहिंदे ने। इदा देखो आ हैगा दे विच बणिया होया पहला नू खोल लो सारे नू। ठीक है ठीक है कुंडियां ही हैं थल्ले लाउण वालियां। इहनू करो पासे। ठीक है रेडी टू यूज है। ये मैं लास्ट टाइम ना थोड़ी गंडा ज्यादा मारती है। ये जेड़ा हुंदा है निगा हुंदा भाई। I'm just sitting here, I got time, it's clear to see. From up here, the world seems small. We can sit together, it's so beautiful, you and me. Meant to be in the great outdoors, forever free. A step back to see the truth around you. ये हैप्पी भाजी नवारा क्लब बनियो। ठीक है तो ये अज आपकी कुकिंग का आपको टैलेंट दिखाएंगे। तो मैं स्पैशली इन्हों भाजी की बना लगे अज तुसीं भाई चिकन रीहीट कर लगा मैंने। अच्छा चिकन रीहीट भी तुसीडा प्री कुकड ਸੀਗਾ ਪਹਿਲਾਂ ਦਾ। अच्छा ਕਿਹੜਾ अच्छा ग्रिल्ड चिकन प्री कुकड ਸੀਗਾ। बाकी ਤੁਸੀਂ ਤਾਂ ਸ਼ੈਫ ਹੋ ਯਾਰ ਤੁਹਾਨੂੰ ਤਾਂ ਜ਼ਿਆਦਾ ਪਤਾ ਹੋਣਾ ਚਾਹੀਦਾ ਚੀਜ਼ਾਂ ਦਾ ਹਨਾ। ਸਾਨੂੰ ਵੀ ਕੋਈ ਗਾਈਡ ਕਰਿਓ ਬਾਈ ਪ੍ਰੋਫੈਸ਼ਨਲ ਸ਼ੈਫ ਹੈ। ਹਾਂਜੀ 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 ਮੈਨੂੰ ਪਤਾ ਹੈ ਆਲਰੇਡੀ ਅਸੀਂ ਇੰਟਰੋਡਕਸ਼ਨ ਹੋ ਗਈ ਸਾਡੀ। ਹਾਂ ਹਾਂ चलो ਵੇਨੇ ਅੱਜ ਬਾਈ ਦੀ ਕੀ ਰੈਸਿਪੀ ਹੈ। ਹਾਂ ਬਾਈ ਨੇ ਆਲਰੇਡੀ अच्छा ਇਹ ਬਾਈ ਨੇ ਇਹ ਮੈਨੂੰ ਲੱਗਦਾ ਹੈ ਉਹ ਚਾਰਕੋਲ चिकन क्या बात है भाई रख दे सामने। ये भाजी ने चारकोल चिकन बनाया सीगा। मेरा कल्ले दा नहीं जे कोई चिकन नहीं अपना सारा ही है। मैं भी मुंडे दे ਜਾਂਦਾ ਹੀ ਨਾਲ ਰੋਟੀ ਨਾਲ ਚਲ ਮੇਰੇ ਹੋਰ ਚਿਕਨ ਭਾਜੀ ਹੋਰ ਆ ਦਾ ਚਿਕਨ ਵੀ ਬਹੁਤ ਸਵਾਦ ਬਣਾਇਆ ਯਾਰ। अच्छा अच्छा चारकोल चिकन ठीक है। हाँ क्या बात है यार। ਭਾਜੀ ਆਪਣੇ ਕੋਲ ਵੀ ਹੈਗੀ ਆ ਉਹ ਦੂਜੀ ਆਪਣੇ ਕੋਲ ਵਾਧੂ ਆ ਸਾਰਾ ਸਮਾਨ ਬਣਾ ਲਓ ਆ ਧਰ ਲਿਆ ਭਾਜੀ ਧਰ ਲਿਆ ਉਹ ਵੀ ਤਵਾ ਚਲਾ ਦਈ ਮੈਂ ਇਹਨਾਂ ਨੂੰ। ਇਹ ਭਾਜੀ ਵੈਸੇ ਨਾਰਮਲ ਕੁੱਕ ਕਰਨ ਤੇ ਕਿੰਨਾ ਟਾਈਮ ਲੱਗਦਾ ਜੇ ਤੁਸੀਂ ਪ੍ਰੀ ਕੁੱਕ ਕੀਤਾ ਸੀ ਪਹਿਲਾਂ ਘਰੇ? ਇਹ ਗ੍ਰਿਲ ਤੇ 15-20 ਮਿੰਟ ਦਾ ਕੰਮ ਆ। 15-20 ਮਿੰਟ ਦਾ ਕੰਮ ਆ ਤਾਂ ਇਹ ਮੈਂ ਵੀ ਦੇਖਿਆ ਇਹ ਜੇ ਤੁਸੀਂ ਕੁੱਕ ਕਰਕੇ ਉਹ ਟੁਟੀਲੀਆਂ 'ਚ ਪਾ ਕੇ ਰੱਖ ਲਓ ਨਾ ਨਾਲੇ ਤਾਂ ਉਹ ਜਦੋਂ ਉਹ ਜਿਹੜੇ ਗਿੱਲੇ ਹੁੰਦੇ ਜਦੋਂ ਉਹ ਬਹੁਤ ਵਧੀਆ ਲੱਗਦੇ ਹਨਾ। ਉਦੋਂ ਉਹਨਾਂ ਦਾ ਵੀ ਟੇਸਟ ਹਾਂਜੀ ਇਹ ਵੀ ਡਰਾਈ ਨਹੀਂ ਹੁੰਦੇ ਫਿਰ ਉਹਦਾ। ਹਾਂ ਹਾਂ ਤੇ ਉਹਦੇ ਚ ਵੀ ਫਲੇਵਰ ਚੱਲ ਜਾਂਦਾ। ਹਾਂ 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 ਸਪਾਈਸਸ ਲੱਗੇ ਹੁੰਦੇ। ਹਾਂ ਵੀ ਜਿਹੜਾ ਆਪਣਾ ਪਿਓਰ ਇੰਡੀਆ ਵਾਲਾ ਟੇਸਟ ਆ ਉਹ ਮਿਲਦਾ ਇਹਦੇ ਨਾਲ। ਜਿਵੇਂ ਆਪਣੇ ਉੱਤੇ ਕੁਲਚੇ ਵਾਲਾ ਨਹੀਂ ਹੁੰਦਾ ਗਿੱਲੇ ਕਰਕੇ ਖਾਣ ਵਾਲਾ ਉਹ ਚੀਜ਼ ਆ। ਬਾਕੀ ਹੈਪੀ ਭਾਜੀ ਪ੍ਰੋਫੈਸ਼ਨਲ ਸ਼ੈਫ ਹੈ ਇਹ ਮਤਲਬ ਕਿਆ ਬਾਤ ਹੈ ਭਾਈ ਸਮੈਲ ਵੀ ਆਹਾ ਹਾ। डीजे भाजी तुसी की बना रहे हो? ਸਾਡੇ ਕੋਲ ਹੈ ਜੀ ਚਿਕਨ ਥਾਈ ਫਿਲਟ ਮੈਰੀਨੇਟਡ ਕੀਤਾ ਖੁਦ ਉਹ ਪਿਆ। ਅੱਛਾ ਠੀਕ ਹੈ, ਨਾਲ ਕਬਾਬਸ, ਨਾਲ ਕਬਾਬਸ। ਅੱਛਾ ਤੁਸੀਂ ਵੀ ਤੁਹਾਡੀ ਪ੍ਰੀ ਕੁਕਡ ਗੋਟ ਸੀਗੀ ਹੈ? ਹਾਂ ਗੋਟ ਪ੍ਰੀ ਕੁਕਡ ਬਾਕੀ ਬਣਾਣਾ। ਅੱਛਾ ਉਹ ਤੁਸੀਂ ਉਹ ਕੁਕ ਕਰਨਾ, ਠੀਕ ਹੈ। ਹਾਂ ਕੀ ਬਾਤ ਹੈ। ਇਹ ਬਾਕੀ ਜਦੋਂ ਬਣਦਾ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਕਿਵੇਂ ਬਣਦਾ। ਭਾਜੀ ਕਬਾਬ ਵੀ ਰੱਖ ਦੇਣੇ ਕਿ ਨਹੀਂ? ਅੱਜ ਕਹਿੰਦਾ ਮੈਂ ਆ ਜਿਹੜਾ ਬਣਿਆ ਇਹ ਆ ਹੋ ਗਿਆ ਭਾਜੀ ਹਾਲ ਦਾ ਨਾ। ਹਾਂਜੀ ਹਾਂ ਲੈ ਉਹ ਚਲੋ ਯਾਰ ਟੇਸਟ ਕਰੋ ਪਹਿਲਾਂ। ਆਓ ਭਾਜੀ ਚੀਅਰਸ ਭਾਈ, ਚੀਅਰਸ ਭਾਈ, ਚੀਅਰਸ। ਓਕੇ ਭਾਈ ਚੀਅਰਸ ਜੀ, ਚੀਅਰਸ ਭਾਈ, ਚੀਅਰਸ ਭਾਈ, ਚੀਅਰਸ ਭਾਈ। ਚੰਗਾ ਭਾਜੀ, ਚੰਗਾ ਜੀ, ਚੰਗਾ ਜੀ, ਤੇਰੇ ਥੈਂਕ ਯੂ ਗੁਰਗਨ ਭਾਜੀ। तो बहुत छोटा तो ये आई यार कर तो ऑर्डर केड़ा रेस्टोरेंट है भाई? आज को कर रहे हैं सी फूड प्रॉन्स। आ देख लो भाई क्या बात है। थोड़े साडे कोल फायर वुड इत्थे जंगल चो इकट्ठी कीती सी ते थोड़े बहुत चारकोल सीगे ਤਾਂ ਉਹਦੀ ਬਣ ਕੇ ਤਿਆਰ ਹੋ ਰਿਹਾ। ਇਹ ਅੱਖਾਂ ਉੱਖਾਂ ਸਮੇਤ ਹੀ ਜਾਣਦੇ, ਸਮੇਤ ਹੀ ਕੁੱਕ ਹੋਣਗੇ। ਉਹ ਅੱਡ ਕਰਨਾ ਹੁੰਦਾ, ਅੱਖਾਂ ਉੱਖਾਂ ਹੀ ਅੱਡ ਕਰਨੀਆਂ ਪੈਣਗੀਆਂ। ਹਾਂ ਉਤੋਂ ਲਾ ਦੇਣਾ। ਅੱਛਾ ਪਰ ਕੁੱਕ ਦੇ ਵਿੱਚ ਹੀ ਕਰਦਾ ਹੈ। ਇੱਧਰ ਮਹਿਫਲਾਂ ਲੱਗੀਆਂ ਹੋਈਆਂ ਬਾਈ ਹੋ ਰਹਿੰਦੀਆਂ ਤੇ ਕੀ ਬਾਤ ਹੈ ਬਾਈ। ਸਾਡੇ ਬਾਰਬੀਕਿਊ ਚਿਕਨ ਤੇ ਗੋਟ ਅਸੀਂ ਪ੍ਰੀ ਕੁਕਡ ਸੀਗੀ, ਉਹਨੂੰ ਹੀਟ ਕੀਤਾ ਤੇ ਆ ਚੱਲੀ ਜਾਂਦਾ। ਪਰ ਇਹ ਆ ਵੀ ਚੱਲ ਅੱਜ ਸਾਡੀ ਪਹਿਲੀ ਨਾਈਟ ਆ, ਬਾਕੀ ਅਸੀਂ ਫੂਡ ਸੇਵ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਸਾਡੇ 5-6 ਦਿਨ ਨਿਕਲ ਜਾਣ। ਪਾ ਲਿਆ ਭਾਈ कोई चक्कर नहीं है, गर्म हो जाए भाई, ठंड ना लगे। भाई अभी पी लो, आगे पी लेने का लगा बैक 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 छड़ दे छड़ दे छड़ दे छड़ दे और पिछू टो कर दे। अपने छोटे मैट किड़े चलो धुप गई मैं थले ਭਾਜੀ ਐਂਗਲ ਤੇ ਲਾਓ ਗੱਡੀ ਨਾ। ਆਉਣ ਨਹੀਂ ਕੀਤਾ ਭਾਜੀ ਸੀਰੀਅਸਲੀ। ਆ ਵੀ ਆਉਣੇ ਆਉਣੇ ਯਾਰ।